ਬਾਮਣਵਾਲ ਜੀ ਆ ਕੁਸ਼ਤੀਆਂ ਸਾਰੀਆਂ ਨੋਟਸ ਹੋ ਗਈਆਂ ਸੰਤ ਮੇਰਾ ਵੀਰ ਬਾਕੀ ਅਗਲੀਆਂ ਕੁਸ਼ਤੀਆਂ ਜਿਹੜੀਆਂ ਨੇ ਉਹ ਮੇਰੇ ਤੱਕ ਪਹੁੰਚਾ ਦਿਓ ਤਾਂ ਜੋ ਅਸੀਂ ਉਹ ਕੁਸ਼ਤੀਆਂ ਅਨਾਊਂਸ ਕਰ ਦਈਏ ਇਹ ਸਾਰੀਆਂ ਕੁਸ਼ਤੀਆਂ ਮੈਂ ਅਨਾਊਂਸ ਕਰ ਦਿੱਤੀਆਂ ਸਰਦਾਰ ਗੁਰਪਾਲ ਸਿੰਘ ਜੀ ਖੇੜੀ ਮੈਂਬਰ ਬਲਾਕ ਸੰਮਤੀ ਸਾਡੇ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਜਿਹੜੇ ਸਾਡੇ ਸਟੇਜ ਉੱਪਰ ਬਿਰਾਜਮਾਨ ਹਨ ਔਰ ਡਾਕਟਰ ਦਰਸ਼ਨ ਸਿੰਘ ਜੀ ਪੁਖਰਾਲੀ ਸਾਹਿਬ ਜੋ ਕਿ ਸਰਕਲ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਰਵੀ ਕੁਰਾਲੀ ਮੇਰੀ ਆਵਾਜ਼ ਸੁਣਦਾ ਹੋਵੇ ਵੀ ਸੰਤ ਪਹਿਲਵਾਨ ਮੈਦਾਨ ਦੇ ਵਿੱਚ ਬੁਲਾਉਂਦਾ ਰਵੀ ਕੁਰਾਲੀ ਨੂੰ ਰਵੀ ਕਿੱਥੇ ਆ ਰਵੀ ਕੁਰਾਲੀ ਖੁੱਲ ਗਿਆ ਹੋਣਾ ਕਿ ਫਸਿਆ ਫੜ ਲੈ ਤੂੰ ਦੇ ਦੀ ਉਹਨੂੰ ਨਿੱਕੂ ਅਟਾਰੀ ਤੇ ਕਾਲਾ ਚੰਡੀਗੜ੍ਹ ਨਿਰਮਲ ਜੀ ਤੁਸੀਂ ਆ ਜਾਓ ਜੇ ਰਵੀ ਨਹੀਂ ਆਉਂਦਾ ਤੇ ਇੱਕ ਕੰਮ ਲੈਣਾ ਤੁਹਾਡੇ ਕੋਲੋਂ ਅਖਾੜੇ 'ਚ ਆ ਜਾਓ ਰਵੀ ਕੁਰਾਲੀ ਆ ਵੀ ਜਿਹੜੀਆਂ ਕੁਸ਼ਤੀਆਂ ਹੁੰਦੀਆਂ ਉਹਨਾਂ ਦੇ ਪਹਿਲਵਾਨ ਜਿਹੜੇ ਆਉਂਦੇ ਨੇ ਲੜਨ ਤੋਂ ਬਾਅਦ ਇਹ ਤੁਸੀਂ ਦੇ ਰਹੀਆਂ ਆ ਕੁਸ਼ਤੀਆਂ ਮੈਂ ਅਨਾਊਂਸ ਕਰਕੇ ਤੁਹਾਨੂੰ ਫੜਾਈ ਜਾਵਾਂਗਾ ਠੀਕ ਹੈ ਅਗਲੀ ਕੁਸ਼ਤੀ ਦੇ ਪਹਿਲਵਾਨ ਨਿੱਕੂ ਅਟਾਰੀ ਤੇ ਕਾਲਾ ਚੰਡੀਗੜ੍ਹ ਨਿੱਕੂ ਅਟਾਰੀ ਬਈ ਹੁਣ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਨਾਲ ਦੀ ਨਾਲ ਆਓ ਬਹੁਤ ਵੱਡੀ ਕੁਸ਼ਤੀ ਜਿਹੜੀ ਅੱਜ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਸੋਨੂੰ ਦਿੱਲੀ ਦਾ ਪਹਿਲਵਾਨ ਅੱਜ ਰੁਤਮਾ ਦੇ ਪੇੜ ਹੋਣਗੇ ਗੌਰਵ ਮਾਛੀ ਵਾੜੇ ਦਾ ਇਹ ਪਹਿਲਵਾਨ ਸਾਡੇ ਕੋਲ ਪਹੁੰਚ ਚੁੱਕਿਆ ਨਿੱਕੂ ਅਟਾਰੀ ਹੱਥ ਖੜਾ ਕਰ ਬਈ ਨਿੱਕੂ ਅਟਾਰੀ ਤੇ ਕਾਲਾ ਚੰਡੀਗੜ੍ਹ ਤੇ ਨਿੱਕੂ ਤੇ ਕਾਲਾ ਦੀ ਕੁਸ਼ਤੀ ਲਓ ਜੀ ਰਵੀ ਜੀ ਕੁਸ਼ਤੀ ਤੋਂ ਬਾਅਦ ਫੈਸਲਾ ਕਿ ਤੁਸੀਂ ਦੇਣਾ ਹੈ ਕਿਹੜਾ ਜਿੱਤਿਆ ਤੇ ਕਿਹੜਾ ਹਾਰਿਆ ਲਓ ਪੱਟ ਤੇ ਥਾਪੀ ਮਾਰੀ ਹੈ ਜਵਾਨੋ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ ਹਿੰਮਤ ਮਦਦਾ ਮਦ ਖੁਦਾ ਜੇ ਹਿੰਮਤ ਹੈ ਫਿਰ ਹੀ ਗੱਲ ਬਣਨੀ ਹੈ ਜਵਾਨੋ ਅੱਜ ਪੰਜਾਬ ਦੇ ਨੌਜਵਾਨ ਹਰਿਆਣੇ ਦੇ ਦਿੱਲੀ ਦੇ ਕੁਸ਼ਤੀ ਨਾਲ ਪ੍ਰੇਮ ਕਰਨ ਇਸ਼ਕ ਕਰਨ ਤੇ ਫਿਰ ਜਾ ਕੇ ਗੱਲ ਬਣਨੀ ਹੈ ਕੁੰਡੂ ਸਾਹਿਬ ਆ ਗਿਸ਼ ਫਰਾਕ ਦੀ ਆਣ ਲੱਗੀ ਲੂੰ ਲੂੰ ਉਹ ਦਿਲਬਰਾ ਵਾਸਤਾ ਹੀ ਗਿੱਲੀ ਲੱਕੜ ਦੇ ਵਾਂਗ ਵਜੂਦ ਬੋਲੇ ਸੂੰ ਸੂੰ ਉਹ ਦਿਲਬਰਾ ਵਾਸਤਾ ਹੀ ਖਿਲਰ ਗਿਆ ਏ ਜ਼ਮੀਨ ਆਸਮਾਨ ਉੱਤੇ ਤੂੰ ਤੂੰ ਉਹ ਦਿਲਬਰਾ ਵਾਸਤਾ ਹੀ ਅਲੀ ਹੈਦਰਾ ਅੰਦਰੋਂ ਆਵਾਜ਼ ਆ ਗਈ ਤੂੰ ਤੂੰ ਉਹ ਦਿਲਬਰਾ ਵਾਸਤਾ ਹੀ ਤੂੰ ਤੂੰ ਉਹ ਦਿਲਬਰਾ ਵਾਸਤਾ ਇਸ਼ਕ ਕਰੋ ਪਹਿਲਵਾਨੀ ਤੇ ਅੱਜ ਮਾਣ ਮਿਲੇਗਾ ਹਿੰਦੁਸਤਾਨ ਮਾਂ ਬਾਪ ਨੂੰ ਇਲਾਕੇ ਨੂੰ ਨਗਰ ਨੂੰ ਪਿੰਡ ਨੂੰ ਮਾਣ ਮਿਲੇਗਾ ਆਸ਼ੀਸ਼ ਚੰਡੀਗੜ੍ਹ ਤੇ ਵਿਸ਼ਾਲ ਚੰਡੀਗੜ੍ਹ ਦੋਨੋਂ ਚੰਡੀਗੜ੍ਹ ਦੇ ਪਹਿਲਵਾਨ ਮੈਦਾਨ ਦੇ ਵਿੱਚ ਰਿਪੋਰਟ ਕਰਨ ਆਸ਼ੀਸ਼ ਚੰਡੀਗੜ੍ਹ ਵਿਸ਼ਾਲ ਚੰਡੀਗੜ੍ਹ ਕਿੱਥੇ ਆ ਵੀ ਆਸ਼ੀਸ਼ ਆ ਵੀ ਜਵਾਨ ਆਸ਼ੀਸ਼ ਸੋਹਣਾ ਨੌਜਵਾਨ ਉੱਚਾ ਲੰਮਾ ਗੱਭਰੂ ਕਾਲਾ ਜੰਗੀਆ ਅੱਜ ਮਾਣ ਹੈ ਸਾਨੂੰ ਗਾਮੇ ਦੇ ਪੱਟਾਂ ਦੀ ਤਿਆਰੀ ਦੀ ਗੱਲ ਕਰਦੇ ਹਾਂ ਗੋਲੂ ਕਹਿੰਦੇ ਆ ਗਾਮੇ ਨੂੰ ਪੰਜ ਬੰਦੇ ਜਾਂਗੀਆ ਪਾਉਂਦੇ ਸੀ ਕਿਉਂ ਪੱਟਾਂ ਦੀ ਤਿਆਰੀ ਬੜੀ ਸੀ ਬਾਨੋ ਪੱਟਾਂ ਦੀ ਜਾਨ ਹੋਣੀ ਚਾਹੀਦੀ ਹੈ ਫਿਰ ਜਾ ਕੇ ਕੁਸ਼ਤੀ ਲੜੀ ਜਾਂਦੀ ਹੈ ਐਵੇਂ ਕੁਸ਼ਤੀ ਨਹੀਂ ਲੜੀ ਜਾਂਦੀ ਪੱਟਾਂ ਵਿੱਚ ਜਾਨ ਹੋਵੇ ਟੌਲਿਆਂ ਤੇ ਮਾਨ ਹੋਵੇ ਛਾਤੀ ਵਿੱਚ ਦਿਲ ਕਹਿੰਦੇ ਸ਼ੇਰ ਤੋਂ ਮਹਾਨ ਹੋਵੇ ਅਸ਼ੀ ਚੰਡੀਗੜ੍ਹ ਵਿਸ਼ਾਲ ਚੰਡੀਗੜ੍ਹ
ਆਹ ਵੀ ਜਵਾਨੋ ਦੋਵੇਂ ਚੰਡੀਗੜ੍ਹ ਦੇ ਪਹਿਲਵਾਨ ਮੈਦਾਨ ਦੇ ਵਿੱਚ ਅੱਜ ਮਾਣ ਹੈ ਸਾਨੂੰ ਸਰਦਾਰ ਪ੍ਰੇਮ ਸਿੰਘ ਜੀ ਪੰਜੋਲਾ ਸਾਬਕਾ ਸਰਪੰਚ ਸਾਹਿਬ ਤਾਂ ਪਿਛਲੇ ਸਾਲ ਪਿੰਡ ਸੱਦਿਆ ਬੜੇ ਪਿਆਰ ਸਤਿਕਾਰ ਦੇ ਨਾਲ ਵੱਡਾ ਮਾਣ ਕੀਤਾ ਔਰ ਬਹੁਤ ਨਾਮੀ ਪਹਿਲਵਾਨ ਹਰ ਸਾਲ ਬੁਲਾ ਕੇ ਸਾਡੇ ਸਤਿਕਾਰਯੋਗ ਸਰਦਾਰ ਪ੍ਰੇਮ ਸਿੰਘ ਜੀ ਬਹੁਤ ਵੱਡਾ ਪਿਆਰ ਸਤਿਕਾਰ ਦਿੰਦੇ ਹਨ ਔਰ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਪੈਰੋਕਾਰ ਹਨ ਕਹਿੰਦੇ ਜੋ ਵੀ ਹੈ ਕੋਚਰ ਸਾਹਿਬ ਉਹਨਾਂ ਦੀ ਬਖਸ਼ਿਸ਼ ਸਦਕਾ ਹੋ ਰਿਹਾ ਹੈ ਉਹਨਾਂ ਦੀ ਮਿਹਰ ਸਦਕਾ ਹੋ ਰਿਹਾ ਹੈ ਔਰ ਭਰਤਗੜ ਵੀ ਆਉਂਦੇ ਹਨ ਭਾਰਤ ਕੇਸਰੀ ਜੰਗਲ ਵੇਖਣ ਵਾਸਤੇ ਤਾਂ ਪ੍ਰੇਮ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਪਹਿਲਵਾਨਾਂ ਦੇ ਮਸੀਹਾ ਉਹਨਾਂ ਦੇ ਨਾਲ ਸਾਨੂੰ ਬਹੁਤ ਮਾਣ ਹੈ ਉਹਨਾਂ ਦਾ ਲਖਤੇ ਕਿਉਂਕਿ ਆਪਣੇ ਪੰਜੋਲਾ ਦੇ ਖੇਡ ਮੇਲੇ ਦੇ ਵਿੱਚ ਕੁਸ਼ਤੀ ਮੁਕਾਬਲਿਆਂ ਦੇ ਵਿੱਚ ਭੱਜ ਭੱਜ ਕੇ ਕੰਮ ਕਰਦੇ ਵੇਖੇ ਮੈਂ ਆਪਣੇ ਅੱਖੀਆਂ ਵੇਖੋ ਸਾਹਮਣੇ ਇਹਨੂੰ ਕਹਿੰਦੇ ਜਵਾਨੋ ਕੁਸ਼ਤੀ ਪਾਈ ਫੌਲ ਹੋਏਗੀ ਮੋਢਿਆਂ 'ਚ ਡੋਲਿਆਂ 'ਚ ਜਾਨ ਹੋਣੀ ਚਾਹੀਦੀ ਹੈ ਮੈਂ ਪੰਜਾਬ ਦਾ ਮੁੰਡਾ ਮੈਨੂੰ ਡੋਲਿਆਂ 'ਤੇ ਮਾਣ ਮੈਂ ਪੰਜਾਬ ਦਾ ਮੁੰਡਾ ਮੈਨੂੰ ਡੋਲਿਆਂ 'ਤੇ ਮਾਣ ਹੈਲੋ ਆਸ਼ੀਸ਼ ਦੀ ਕੁਸ਼ਤੀ ਤੁਹਾਡੇ ਸਾਹਮਣੇ ਵਿਸ਼ਾਲ ਚੰਡੀਗੜ੍ਹ ਦੇ ਨਾਲ ਲਓ ਜੀ ਰਵੀ ਜੀ ਰਵੀ ਬੁਰਾਲੀ ਦੁੱਖ ਦਰਦਾਂ ਦੀ ਥੋੜ ਵੀ ਕੋਈ ਨਹੀਂ ਅੱਗ ਪਾਣੀ ਦਾ ਜੋੜ ਵੀ ਤੇ ਯਾਰ ਦੋਸਤ ਜਿਹੜੇ ਮਿੱਤਰ ਨੇ ਸਾਰੇ ਰਲ ਕੇ ਕੰਮ ਕਰਦੇ ਆ ਗੁਰਿੰਦਰ ਸ਼ਿੰਗਾਰ ਵਾਲਾ ਤੇ ਭੋਲੂ ਚੰਡੀਗੜ੍ਹ ਤੁਹਾਨੂੰ ਪਹਿਲਵਾਨ